गोल्डी यार काला बाकी काला पा कितने बजे चली है यार। बाकी हाँ ठीक है ठीक है। हाँ जी भाजी मैं तुम्हें 4 आवाजा मारे ध्यान कितने भाजी वो गोल्डी का फोन आया था हाँ मैंने पूछता सी कि सवेरे किन्ने बजे जाना क्योंकि अज असी लेट हो गए थे ना तो उनके बारे फोन करके पूछ रहा था। ਯਾਰ ਤੈਨੂੰ ਲੋਕਾਂ ਦੀ ਗੱਲ ਧਿਆਨ ਨਾਲ ਸੁਣਵਾ ਮੇਰੀ ਗੱਲ ਨਹੀਂ ਸਮਝ ਆਉਂਦੀ ਤੈਨੂੰ ਉਹਨੇ ਕੱਲ੍ਹ ਜਵਾਬ ਦੇ ਕੱਲ੍ਹ ਮੈਂ ਤੈਨੂੰ ਇੱਕ ਲਿਫਾਫਾ ਦਿੱਤਾ ਸੀ ਉਹ ਲਿਫਾਫਾ ਫਲਾਣੇ ਬੰਦੇ ਨੂੰ ਦੇਣਾ ਸੀ ਦਿੱਤਾ ਪਹੁੰਚਾਇਆ ਭਾਜੀ ਉਹ ਤੁਸੀਂ ਮੈਨੂੰ ਮੈਨੂੰ ਪਤਾ ਤੁਸੀਂ ਉਹ ਰੈੱਡ ਜੇ ਕਲਰ ਦਾ ਦਿੱਤਾ ਸੀ ਹਾਂ ਲਿਫਾਫਾ ਉਹ ਤੇ ਵੀਰੇ ਉਹ ਮੈਂ ਸਵੇਰੇ 8:30 ਵਜੇ ਮੈਂ ਤਿਆਰ ਹੋ ਕੇ ਨਾ ਮੈਂ ਕਾਲਜ ਵੱਲ ਨੂੰ ਨਿਕਲ ਗਿਆ ਗੋਲਡੀ ਆ ਰਿਹਾ ਸੀ ਨਾ ਕਿ ਉਹ ਬੱਸ ਖੜੀ ਸੀਗੀ ਫਿਰ ਉਹ ਜਾਣਾ ਸੀ ਇਕੱਠਿਆਂ ਨੇ ਤੇ ਮੈਂ ਉੱਥੇ ਨਿਕਲ ਗਿਆ ਮੇਰੇ ਦਿਮਾਗ 'ਚ ਨਿਕਲ ਗਿਆ ਵੀਰੇ ਮੈਨੂੰ ਯਾਦ ਸੀ ਨਾ ਮੈਂ ਤੈਨੂੰ ਲਿਫਾਫਾ ਦਿੱਤਾ ਤੈਨੂੰ ਕਿਉਂ ਨਹੀਂ ਯਾਦ ਸੀ ਉੱਥੇ ਦੇਣਾ ਵੀਰੇ ਮੈਂ ਇਹ ਨਹੀਂ ਕਹਿ ਰਿਹਾ ਕਿ ਮੈਨੂੰ ਯਾਦ ਨਹੀਂ ਸੀਗਾ ਮੈਨੂੰ ਯਾਦ ਸੀਗਾ ਮੈਨੂੰ ਇਹ ਸੀਗਾ ਕਿ ਮੈਂ ਕੋਲਸ ਤੋਂ ਘਰੇ ਆ ਕੇ ਨਾ ਪਹਿਲਾਂ ਮੈਂ ਉਹੀ ਲਿਫਾਫਾ ਦੇ ਕੇ ਆਊਂਗਾ ਮੈਨੂੰ ਇਹ ਨਹੀਂ ਨਾ ਭਾਜੀ ਵੀਰੇ ਪਤਾ ਸੀਗਾ ਕਿ ਉੱਥੇ ਜਾਣਾ ਜ਼ਰੂਰੀ ਸੀਗਾ ਤੈਨੂੰ ਪਤਾ ਉਹ ਲਿਫਾਫੇ ਦੇ ਵਿੱਚ ਕੀ ਸੀਗਾ ਪਤਾ ਵੀ ਹੈ ਤੈਨੂੰ ਕਦੋਂ ਆਪਣੀ ਜ਼ਿੰਮੇਵਾਰੀ ਸਮਝੇਗਾ ਤੂੰ ਤੈਨੂੰ ਸਮਝਾ ਸਮਝਾ ਕੇ ਮੈਂ ਥੱਕ ਚੁੱਕਿਆ ਤੈਨੂੰ ਇੱਕ ਗੱਲ ਪਤਾ ਨਹੀਂ ਕਿੰਨੀ ਵਾਰੀ ਮੈਨੂੰ ਸਮਝਾਉਣੀ ਪੈਣੀ ਹੈ ਗੱਲ ਨਹੀਂ ਹੈਗੀ ਵੀਰੇ ਉਹ ਕਾਲਜ ਕਰਕੇ ਨਾ ਫਿਰ ਮੈਨੂੰ ਮੈਂ ਆਪਣੇ ਪਿਓ ਦੀ ਜ਼ਿੰਮੇਵਾਰੀਆਂ ਸਮਝਿਆ ਨਾ ਤੈਨੂੰ ਕਦੀ ਕਦੋਂ ਸਮਝ ਆਊਗੀ ਜ਼ਿੰਮੇਵਾਰੀ ਮੈਨੂੰ ਦੱਸ ਕਦੋਂ ਆਊਗੀ ਜੇ ਤੈਨੂੰ ਜ਼ਿੰਮੇਵਾਰੀ ਦਾ ਅਹਿਸਾਸ ਨਹੀਂ ਹੁੰਦਾ ਨਾ ਤੇ ਹੁਣ ਤੈਨੂੰ ਜ਼ਿੰਮੇਵਾਰੀ ਦਾ ਅਹਿਸਾਸ ਅੱਜ ਤੋਂ ਹੋਵੇਗਾ ਅੱਜ ਤੋਂ ਬਾਅਦ ਤੂੰ ਆਪਣੀ ਜ਼ਿੰਮੇਵਾਰੀਆਂ ਹੁਣ ਖੁਦ ਚੱਕੇਗਾ ਮੈਂ ਬਸ ਮੈਂ ਕੋਈ ਗੱਲ ਨਹੀਂ ਸੁਣ ਜਿੰਨਾ ਬੋਲਣਾ ਸੀ ਤੂੰ ਬੋਲ ਚੁੱਕਿਆ ਆਪਣੀ ਪੜ੍ਹਾਈ ਵੀ ਕਰ ਆਪਣੀ ਜ਼ਿੰਮੇਦਾਰੀਆਂ ਵੀ ਹੁਣ ਤੂੰ ਖੁਦ ਚੁੱਕ ਮੇਰੇ ਤੋਂ ਤੂੰ ਕਿਸੇ ਚੀਜ਼ ਦੀ ਉਮੀਦ ਹੀ ਨਹੀਂ ਰੱਖਣੀ ਕਿ ਹੁਣ ਮੈਂ ਕੁਛ ਕਰਾਂਗਾ ਬਸ ਖਤਮ ਮੈਂ ਜਾ ਰਿਹਾ ਹਾਂ ਆਪਣਾ ਖਿਆਲ ਤੂੰ ਖੁਦ ਕਰ